ਬਿਸਮਿਲ੍ਲਾਹਿ ਰਹਿਮਾਨ ਰਹੀਮ ਅਲਹਮਦੁਲਿਲ੍ਲਾਹ ਅੱਜ ਅਸੀਂ ਮਸ਼ਕ ਨੰਬਰ 6 ਔਰ ਤੋਏ ਅਲਫਤਾ ਦੀ ਮਸ਼ਕ ਕਰਾਂਗੇ ਤਾਂ ਕਿ ਇਹ ਸ਼ੁਰੂ ਕਰ ਰਹੇ ਹਾਂ ਪੰਜ ਮਸ਼ਕਾਂ ਸਾਡੀਆਂ ਅਲਹਮਦੁਲਿਲ੍ਲਾਹ ਮੁਕੰਮਲ ਹੋ ਗਈਆਂ ਨੇ ਟੋਟਲ ਜਿਹੜੀਆਂ ਨੇ 11 ਮਸ਼ਕਾਂ ਨੇ ਜਿਹੜਾ ਬੱਚਾ ਜਾਂ ਜਿਹੜਾ ਵੀ ਸ਼ੌਕ ਰੱਖਦਾ ਲਿਖਾਈ ਨੂੰ ਦਰੁਸਤ ਕਰਨ ਵਾਸਤੇ ਉਹ ਇਹ 11 ਮਸ਼ਕਾਂ ਅਗਰ ਕਰ ਲੈਂਦਾ ਨਾ ਤਾਂ ਉਹਦੇ ਵਾਸਤੇ ਕੋਈ ਮਸਲਾ ਨਹੀਂ ਉਹਦੇ ਵਾਸਤੇ ਹਰ ਹਰਫ ਜਿਹੜਾ ਆਸਾਨ ਹੋ ਜਾਂਦਾ ਵਾ ਉਹਦੇ ਪੈਬੰਦ ਲਗਾਉਣਾ ਉਹਦੇ ਲਫਜ਼ ਦੀ ਸ਼ਨਾਖਤ ਅਤੇ ਉਹਦੇ ਵਾਸਤੇ ਬਹੁਤ ਆਸਾਨੀ ਹੋ ਜਾਂਦੀ ਹੈ ਅਤੇ ਅਲਹਮਦੁਲਿਲ੍ਲਾਹ ਅਸੀਂ ਅੱਜ 6ਵੀਂ ਮਸ਼ਕ ਜਿਹੜੀ ਹੈ ਨਾ ਉਹ ਕਰ ਰਹੇ ਹਾਂ ਉਹਦੇ 'ਚ ਤੋਏ ਦੇ ਨਾਲ ਅਲਫ ਕਿੱਦਾਂ ਲਗਾਉਣਾ ਤੋਏ ਨਾਲ ਬੇ ਕਿੱਦਾਂ ਲਗਾਉਣੀ ਹੈ ਇੱਦਾਂ ਇਹ ਸਾਰੀ ਮਸ਼ਕ ਹੋਏਗੀ ਮੈਂ ਸ਼ੁਰੂ ਕਰ ਲਵਾਂ ਬਿਸਮਿਲ੍ਲਾਹਿ ਰਹਿਮਾਨ ਰਹੀਮ ਅੱਜ ਸਾਡਾ ਸਬਕ ਹੈ ਜੀ ਸਬਕ ਨੰਬਰ 57 ਮਸ਼ਕ ਨੰਬਰ 6 ਔਰ ਟੱਕ ਵਾਲੀ ਮਾਰਕਰ ਦੇ ਨਾਲ ਤੋਏ ਦੇ ਨਾਲ ਕਾਫ ਲਗਾਉਣਾ ਔਰ ਇਹ ਕੋਨਾ ਇਸਤੇਮਾਲ ਕਰਨਾ ਵਾ ਇਹਨੂੰ ਵਾਪਸ ਜਾਣਾ ਇਹਦੇ ਇਸ ਲਾਈਨ 'ਤੇ ਅਸੀਂ ਕਾਫ ਬਣਾਵਾਂਗੇ ਤਾਂ ਕਿ ਆਖਰੀ ਲਾਈਨ ਤੱਕ ਜਿਹੜਾ ਨਾ ਜੀ ਲਫਜ਼ ਮੁਕੰਮਲ ਹੋ ਜਾਵੇ ਨੁਕਤੇ ਜਿਹੜੇ ਆ ਇਸ ਲਾਈਨ ਦੇ ਉੱਪਰ ਉੱਪਰ ਲਗਾਵਾਂਗੇ ਤਾਂ ਕਿ ਇਹ ਵੀ ਖੂਬਸੂਰਤੀ ਹੁੰਦੀ ਹੈ ਇਹਨਾਂ ਦੀ ਬਜਾਏ ਨੁਕਤੇ ਕੋਈ ਕਿਤੇ ਅਤੇ ਕੋਈ ਕਿਤੇ ਬਣਾਈ ਜਾਈਏ ਅੱਜ ਇਹ ਲਫਜ਼ ਤੋਂ ਬਾਅਦ ਤੋਏ ਕਾਫ ਤੱਕ ਨੁਕਤਿਆਂ ਵਾਲੇ ਦੇ ਹੁਣ ਇਹਦੇ ਨਾਲ ਦੂਸਰਾ ਹੀ ਕਾਫ ਡੰਡੇ ਵਾਲਾ ਲਗਾਵਾਂਗੇ ਇੰਨੇ ਇੰਨੇ ਫਾਸਲੇ 'ਤੇ ਨਾ ਇਹਨੂੰ ਲਿਖੀ ਜਾਣਾ ਵਾ ਇਹਦੇ 'ਚ ਮਜ਼ਰਾ ਗੌਰ ਦੀ ਜ਼ਰੂਰਤ ਹੈ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਭ ਦੇ ਵਿੱਚ ਅਗਰ ਇਹ ਡੰਡਾ ਇੱਥੋਂ ਸ਼ੁਰੂ ਹੋਇਆ ਤਾਂ ਸਾਰਿਆਂ ਦਾ ਇੱਥੋਂ ਸ਼ੁਰੂ ਹੋ ਕੇ ਇਹ ਜਿਹੜਾ ਬੀਜ ਦੀ ਸ਼ਕਲ ਬਣ ਰਹੀ ਹੈ ਇਹਦੇ ਅੰਦਰ ਇਹ ਸਭ ਦੇ ਅੰਦਰ ਇੱਕ ਜੈਸੀ ਹੋ ਜਾਵੇ ਫਿਰ ਇਹ ਡੰਡਾ ਵਾ ਇਹ ਉੱਪਰੋਂ ਬਰਾਬਰ ਆਉਣ ਸਾਰੇ ਇੱਦਾਂ ਹੀ ਇਹ ਕਾਫ ਹੈ ਇਸ ਲਾਈਨ ਦੇ ਉੱਤੇ ਸਾਰੇ ਆਈ ਜਾਣ ਅਤੇ ਇਹ ਹੀ ਇੱਕ ਮਸ਼ਕ ਆ ਹੁਣ ਤੁਸੀਂ ਲਾਈਨਾਂ 'ਚ ਅਗਰ ਇੱਦਾਂ ਲਿਖ ਲਓਗੇ ਤਾਂ ਉਸ ਤੋਂ ਬਾਅਦ ਬੇਸ਼ੱਕ ਇੱਕ ਲਾਈਨ 'ਤੇ ਜਦੋਂ ਆਉਣਾ ਵਾ ਅਤੇ ਉਹ ਚੀਜ਼ਾਂ ਤਾਂ ਯਾਦ ਹੁੰਦੀਆਂ ਨਾ ਇਹਨੂੰ ਸ਼ੁਰੂ ਕਿੱਥੋਂ ਕਰਨਾ ਵਾ ਇਹਦਾ ਐਂਡ ਕਿੱਥੇ ਹੋਣਾ ਵਾ ਹੈ ਸੀ ਜੀ ਅੱਜ ਦਾ ਸਬਕ ਸਾਡਾ ਤੋਏ ਦੇ ਨਾਲ ਕਾਫ ਨੁਕਤੇ ਵਾਲਾ ਔਰ ਤੋਏ ਦੇ ਨਾਲ ਕਾਫ ਡੰਡੇ ਵਾਲਾ